ਮੇਰੇ ਲਈ ਪਹਿਲੇ ਡਿਸਾਈਡ ਕਰ ਰੱਖਿਆ ਸੀ ਮੇਰੇ ਪੇਰੈਂਟਸ ਨੇ ਕਿ ਆਪਾਂ ਸਪੋਰਟਸ ਕਰਵਾਉਣੀ, ਜਦਕਿ ਮੈਂ ਰੈਡੀ ਨਹੀਂ ਸੀ. ਅੱਛਾ, ਮੈਂ ਬਿਲਕੁਲ ਰੈਡੀ ਨਹੀਂ ਸੀਗੀ. ਮੇਰੇ ਪਰ ਦਾਦੀ ਨੇ ਮੈਨੂੰ ਇੱਕ ਚੀਜ਼ ਖਾਈ ਸੀ ਕਿ ਪੁੱਤ ਟਾਈਮ ਬਹੁਤ ਇੰਪੋਰਟੈਂਟ ਹੈ, ਇਹਦੀ ਕਦਰ ਕਰਨੀ ਸਿੱਖੋ, ਜੇ ਨਿਕਲ ਗਿਆ ਨਿਕਲ ਗਿਆ, ਤੇ ਜੋ ਮੈਂ ਕਹੂੰਗੀ ਉਹ ਮੰਨੀ ਵੀ ਜਾਏਗੀ. ਥੋੜ੍ਹਾ ਸਮਾਰਟ ਪਲੇ ਵੀ ਕੀਤਾ ਅਤੇ ਟਾਈਮ ਦੀ ਕਦਰ ਕਰਦਿਆਂ ਹੋਇਆ ਮੈਂ ਸੋਚਿਆ ਕਿ ਜੇ ਕਰ ਰਹੇ ਹਾਂ ਤਾਂ ਪੂਰੇ ਐਫਰਟਸ ਨਾਲ ਕਰੂੰਗੀ, ਟਾਈਮ ਪਾਸ ਨਹੀਂ ਕਰੂੰਗੀ. ਮੈਂ ਇੱਕ ਚੀਜ਼ ਜ਼ਰੂਰ ਕਲੀਅਰ ਕਰ ਦੇਣਾ ਚਾਹੁੰਦੀ ਕਿ ਪੇਰੈਂਟਸ ਦੀ ਗੱਲ ਮੰਨਣਾ ਅਤੇ ਉਹਨਾਂ ਨਾਲ ਲੜਨਾ ਵੀ ਬਹੁਤ ਜ਼ਰੂਰੀ ਹੈ. ਸਪੋਰਟਸ ਉਹਨਾਂ ਦੇ ਕਹੇ 'ਤੇ ਕਰਨ ਜ਼ਰੂਰ ਲੱਗ ਗਈ ਸੀ, ਪਰ ਕੁਝ ਚੀਜ਼ਾਂ ਸੀ ਜੋ ਔਨ ਫੀਲਡ ਜਾ ਕੇ ਮੈਨੂੰ ਲੱਗਾ ਕਿ ਨਹੀਂ, ਅਗਰ ਇਹ ਕੁਝ ਨਵੀਂ ਟੈਕਨੀਕ ਆਈ ਹੈ ਮੈਨੂੰ ਅਪਣਾਉਣੀ ਚਾਹੀਦੀ ਹੈ, ਜਿੱਥੇ ਮੇਰੇ ਪਾਪਾ ਮੰਮੀ ਡਿਸਐਗਰੀ ਹੁੰਦੇ ਸੀ. ਬਿਲਕੁਲ ਸਹੀ ਕਹਿ ਰਹੇ ਹੋ. ਮੇਰੇ ਲਈ ਪਹਿਲੇ ਡਿਸਾਈਡ ਕਰ ਰੱਖਿਆ ਸੀ ਮੇਰੇ ਪੇਰੈਂਟਸ ਨੇ ਕਿ ਆਪਾਂ ਸਪੋਰਟਸ ਕਰਵਾਉਣੀ, ਜਦਕਿ ਮੈਂ ਰੈਡੀ ਨਹੀਂ ਸੀ. ਅੱਛਾ, ਮੈਂ ਬਿਲਕੁਲ ਰੈਡੀ ਨਹੀਂ ਸੀਗੀ. ਮੇਰੇ ਪਰ ਦਾਦੀ ਨੇ ਮੈਨੂੰ ਇੱਕ ਚੀਜ਼ ਖਾਈ ਸੀ ਕਿ ਪੁੱਤ ਟਾਈਮ ਬਹੁਤ ਇੰਪੋਰਟੈਂਟ ਆ, ਇਹਦੀ ਕਦਰ ਕਰਨੀ ਸਿੱਖੋ, ਜੇ ਨਿਕਲ ਗਿਆ ਨਿਕਲ ਗਿਆ. ਤੇ ਮੈਂ ਵੀ ਉਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਯੂਟੀਲਾਈਜ਼ ਕੀਤਾ. ਮੈਨੂੰ ਇਦਾਂ ਸੀਗਾ ਕਿ ਮੈਨੂੰ ਫਾਈਨੈਂਸ਼ੀਅਲੀ ਸਪੋਰਟ ਵੀ ਕਰਦੇ ਇਸ ਦੇ ਵਿੱਚ, ਇਸੇ ਚੀਜ਼ ਦੇ ਵਿੱਚ ਕਰਨਗੇ, ਤੇ ਜੋ ਮੈਂ ਕਹੂੰਗੀ ਉਹ ਮੰਨੀ ਵੀ ਜਾਏਗੀ. ਥੋੜਾ ਸਮਾਰਟ ਪਲੇ ਵੀ ਕੀਤਾ ਤੇ ਟਾਈਮ ਦੀ ਕਦਰ ਕਰਦਿਆਂ ਹੋਇਆ ਮੈਂ ਸੋਚਿਆ ਕਿ ਜੇ ਕਰ ਰਹੇ ਹਾਂ ਤਾਂ ਪੂਰੇ ਐਫਰਟਸ ਨਾਲ ਕਰੂੰਗੀ, ਟਾਈਮ ਪਾਸ ਨਹੀਂ ਕਰੂੰਗੀ, ਤੇ ਉਹ ਐਫਰਟਸ ਦਾ ਰਿਜ਼ਲਟ ਤੁਹਾਡੇ ਮੂਹਰੇ ਆ. ਨਹੀਂ, ਬਣਨਾ ਕੀ ਚਾਹੁੰਦੇ ਸੀ ਫਿਰ? ਬਣਨਾ, ਮੈਂ ਬਹੁਤ ਜ਼ਿਆਦਾ ਕਨਫਿਊਜ਼ ਹਾਂ, ਕਿਉਂਕਿ ਮੇਰਾ ਪੜ੍ਹਾਈ 'ਚ ਵੀ ਬਹੁਤ ਇੰਟਰਸਟ ਸੀ. ਮੇਰੇ ਜਿਹੜੇ ਤਾਇਆ ਜੀ ਇੰਜੀਨੀਅਰ ਸਨ, ਮੇਰੇ ਦਾਦਾ ਜੀ ਨੈਸ਼ਨਲ ਬੋਡੀ ਟੀਚਰ ਸਨ, ਅਤੇ ਮੇਰੀ ਦਾਦੀ ਖੁਦ ਸਕੂਲ ਦੇ ਵਿੱਚ ਪੜ੍ਹਾਉਂਦੇ ਸਨ. ਫਿਰ ਜ਼ਿਆਦਾਤਰ ਐਜੂਕੇਸ਼ਨ ਫੈਮਲੀ ਨਾਲ ਰਿਲੇਟਡ ਹੋਣਾ. ਮੇਰੀ ਦਾਦੀ ਨੇ ਮੈਨੂੰ ਪਾਲਿਆ, ਕਿਉਂਕਿ ਮੇਰੇ ਮੰਮੀ 98 'ਚ ਮੈਨੂੰ ਮੇਰੇ ਬਰਥ ਤੋਂ ਬਾਅਦ 2002 ਦੇ ਵਿੱਚ 2002 ਦੇ ਵਿੱਚ ਉਹਨਾਂ ਦਾ ਮੈਡਲ ਆਇਆ, ਤਾਂ ਮੈਨੂੰ ਛੱਡ ਕੇ ਦਾਦੀ ਦੇ ਕੋਲ ਹੀ ਚਲੇ ਗਏ ਸੀ, ਤਾਂ ਮੈਨੂੰ ਜ਼ਿਆਦਾਤਰ ਦਾਦੀ ਨੇ ਪਾਲਿਆ. ਫਿਰ ਉਹੀ ਜਿਹੜੇ ਇਨਵਾਇਰਮੈਂਟ ਦੇ ਵਿੱਚ ਮੈਂ ਰਹੀ, ਮੇਰਾ ਰੁਝਾਵ ਉੱਧਰ ਜ਼ਿਆਦਾ ਸੀ. ਫਿਰ ਮਾਡਲਿੰਗ ਲਾਈਨ ਦੇ ਵਿੱਚ ਵੀ ਸੀਗਾ, ਪਰ ਉਹ ਵੀ ਨਾਲ ਦੀ ਨਾਲ ਪਰਸਿਊ ਹੋ ਰਿਹਾ. ਬਟ ਸਟਿਲ ਮੈਂ ਬਹੁਤ ਹੈਪੀ ਹਾਂ ਕਿ ਜੋ ਮੈਂ ਆਪਣਾ ਟਾਈਮ ਵੇਸਟ ਨਹੀਂ ਕੀਤਾ, ਮੈਂ ਉਸ ਚੀਜ਼ 'ਚੋਂ ਮੈਨੂੰ ਜੋ ਦਾਦੀ ਨੇ ਸਿਖਾਇਆ ਸੀ, ਮੈਂ ਉਹਨੂੰ ਆਪਣੀ ਲਾਈਫ ਦੇ ਵਿੱਚ ਮਤਲਬ ਆਪਣੀ ਲਾਈਫ ਦੇ ਵਿੱਚ ਉਹਨੂੰ ਯੂਜ਼ ਕੀਤਾ, ਤੇ ਮੈਂ ਅੱਜ ਤੁਹਾਡੇ ਸਾਹਮਣੇ. ਇਹ ਫੈਮਿਲੀ ਦਾ ਡਿਸੀਜਨ ਮੰਨ ਲਿਆ ਤੁਸੀਂ ਆਰਾਮ ਨਾਲ? ਹਰ ਕੋਈ ਨਹੀਂ ਮੰਨਦਾ. ਹਾਂਜੀ, ਇਹ ਮੈਂ ਮੰਨ ਲਿਆ, ਕਿਉਂਕਿ ਮੇਰੇ ਘਰ 'ਚ ਕੇਸ ਆ ਕਿ ਮੇਰੇ ਪਾਪਾ ਮੇਰੇ ਬ੍ਰਦਰ ਨੂੰ ਕ੍ਰਿਕਟ ਕਰਾਉਣਾ ਚਾਹੁੰਦੇ ਸੀ, ਨਹੀਂ ਕੀਤੀ ਉਹਨੇ. ਹਾਂਜੀ, ਹਰ ਕੋਈ ਨਹੀਂ ਕਰਦਾ. ਫਿਰ ਉਹੀ ਗੱਲ ਆ ਜਾਂਦੀ ਕਿ ਐਜ਼ ਐਨ ਵੀਮੈਨ ਮੈਨੂੰ ਆਪਣੇ ਪੈਰਾਂ 'ਤੇ ਖੜੇ ਹੋਣਾ ਬਹੁਤ ਜ਼ਰੂਰੀ ਸੀ. ਮੇਰੇ ਮੰਮੀ ਨੇ ਸ਼ੁਰੂ ਤੋਂ ਇਹ ਗੱਲ ਕਹੀ ਹੈ ਕਿ ਕੁੜੀ ਆ, ਤੂੰ ਪੈਰਾਂ 'ਤੇ ਖੜੀ ਹੋ ਜਾਊਂਗੀ ਤਾਂ ਸੌਖਾ ਰਹੂਗਾ. ਮੈਂ ਅੱਜ ਕਿਤੇ ਨਾ ਕਿਤੇ ਉਸ ਚੀਜ਼ 'ਤੇ ਪ੍ਰਾਊਡ ਵੀ ਫੀਲ ਕਰਦੀ ਹਾਂ, ਮੈਂ ਥੈਂਕਫੁਲ ਵੀ ਹਾਂ ਆਪਣੇ ਪੇਰੈਂਟਸ ਦਾ, ਤੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸ਼ਾਇਦ ਹੋਣਾ ਚਾਹੀਦਾ ਕਿ ਮੈਂ ਟਾਈਮ ਨਹੀਂ ਵੇਸਟ. ਕਿਉਂਕਿ ਮੈਂ ਇੱਕ ਚੀਜ਼ ਜ਼ਰੂਰ ਕਲੀਅਰ ਕਰ ਦੇਣਾ ਚਾਹੁੰਦੀ ਕਿ ਪੇਰੈਂਟਸ ਦੀ ਗੱਲ ਮੰਨਣਾ ਅਤੇ ਉਹਨਾਂ ਨਾਲ ਲੜਨਾ ਵੀ ਬਹੁਤ ਜ਼ਰੂਰੀ ਹੈ. ਜੇ ਤੁਸੀਂ ਫਾਈਟ ਨਹੀਂ ਕਰੋਗੇ ਆਪਣੀ ਚੀਜ਼ ਲਈ, ਜੋ ਤੁਹਾਨੂੰ ਲੱਗ ਰਿਹਾ ਕਿ ਮੈਂ ਰਾਈਟ ਹਾਂ, ਜ਼ਰੂਰੀ ਨਹੀਂ ਸੀਗਾ. ਮੈਂ ਸਪੋਰਟਸ ਉਹਨਾਂ ਦੇ ਕਹੇ 'ਤੇ ਕਰਨ ਜ਼ਰੂਰ ਲੱਗ ਗਈ ਸੀ, ਪਰ ਕੁਝ ਚੀਜ਼ਾਂ ਸੀ ਜੋ ਔਨ ਫੀਲਡ ਜਾ ਕੇ ਮੈਨੂੰ ਲੱਗਾ ਕਿ ਨਹੀਂ, ਅਗਰ ਇਹ ਕੁਝ ਨਵੀਂ ਟੈਕਨੀਕ ਆਈ ਹੈ ਮੈਨੂੰ ਅਪਣਾਉਣੀ ਚਾਹੀਦੀ ਹੈ, ਜਿੱਥੇ ਮੇਰੇ ਪਾਪਾ ਮੰਮੀ ਡਿਸਐਗਰੀ ਹੁੰਦੇ ਸੀ, ਤੇ ਉਸ ਚੀਜ਼ ਕਰਕੇ ਮੇਰੀ ਘਰ ਲੜਾਈ ਵੀ ਬਹੁਤ ਰਹੀ ਆ. ਬਟ ਉੱਥੇ ਕਿਤੇ ਸੈਲਫ ਬਿਲੀਵ ਜਿਹੜਾ ਕੰਮ ਕੀਤਾ, ਉਹ ਵੀ ਉਹਦਾ ਵੀ ਬਹੁਤ ਵੱਡਾ ਐਗਜ਼ਾਮਪਲ ਵੀ ਦੇ ਦਿਓ. ਜਿੱਦਾਂ ਕਿ ਮੇਰਾ ਜਦੋਂ ਆਪਰੇਸ਼ਨ ਹੋਇਆ, ਮੇਰੇ ਪਾਪਾ ਨੇ ਮੈਨੂੰ ਡਾਂਟ ਕੇ ਕਹਿਤਾ ਕਿ ਤੂੰ ਨਹੀਂ ਜਾਣਾ ਕਿਤੇ, ਤੂੰ ਫਿਰ ਦੁਬਾਰਾ ਰੀਹੈਬ ਕਰਾਉਂਦੀ ਨੇ ਤੂੰ ਆਪਣਾ ਗੋਡਾ ਦੁਬਾਰਾ ਖਰਾਬ ਕਰ ਲੈਣਾ, ਤੇ ਹੁਣ ਤੂੰ ਉੱਦਾਂ ਹੀ ਕਰਨਾ ਜਿੱਦਾਂ ਮੈਂ ਕਹਿਣਾ. ਮੇਰੇ ਪਾਪਾ ਨਾਲ 4 ਮਹੀਨੇ ਗੱਲ ਨਹੀਂ ਹੋਈ, ਮੈਂ ਚਲੇ ਗਈ JSW ਲੜ ਕੇ. ਮੇਰੀ ਫੈਮਿਲੀ 'ਚ ਮਤਲਬ ਆਲਮੋਸਟ ਕਿਸੇ ਨਾਲ ਗੱਲ ਨਹੀਂ ਹੋ ਰਹੀ ਸੀ. ਬਹੁਤ ਬੜਾ ਖੁਲਾਸਾ ਹਰ ਮਿਲਨ ਕਾ. ਤੇ ਪਾਪਾ ਗੁੱਸੇ ਬਹੁਤ ਸੀ ਕਿ ਮੈਨੂੰ ਕਿਹਾ ਤੂੰ ਨਹੀਂ ਜਾਣਾ ਕਿਤੇ, ਤੂੰ ਜਿੱਥੇ ਮੈਂ ਕਹਿ ਰਿਹਾ ਇੱਥੇ ਡਾਕਟਰ ਨੇ ਰਿਕਮੈਂਡ ਕੀਤਾ ਉੱਥੇ ਰੀਹੈਬ ਕਰਨਾ, ਤੇ ਮੈਨੂੰ ਪਤਾ ਸੀ ਈਵਨ ਉਹ ਫਿਜ਼ੀਓਥੈਰੇਪਿਸਟ ਖੁਦ ਕਹਿ ਰਹੇ ਸੀ ਕਿ ਤੈਨੂੰ ਇੰਨੀ ਛੋਟੀ ਜਗ੍ਹਾ 'ਚ ਅਸੀਂ ਨਹੀਂ ਕਰਾ ਸਕਦੇ, ਤੈਨੂੰ JSW ਚਲੇ ਜਾ, ਉੱਥੇ ਅੱਛਾ ਸੈਟਅਪ ਆ, ਉੱਥੇ ਜਾ ਕੇ ਕਰ. ਬਹੁਤ ਖਿਲਾਫ ਸੀ ਮੇਰੇ ਪਾਪਾ ਉਸਦੇ, ਬਟ ਮੈਂ ਲੜ ਕੇ ਚਲੇ ਗਈ, ਤੇ ਉਹਦਾ ਰਿਜ਼ਲਟ ਇੱਦਾਂ ਸੀਗਾ ਕਿ ਮੈਂ ਸਭ ਤੋਂ ਪਹਿਲੀ ਐਥਲੀਟ ਬਣੀ ਜਿਹਨੇ ਏਸ਼ੀਅਨ ਗੇਮ ਦਾ ਕੁਆਲੀਫਾਈ ਕੀਤਾ, ਇੰਟਰ ਯੂਨੀਵਰਸਿਟੀ 'ਚ ਆਪਣਾ ਹੀ ਰਿਕਾਰਡ ਹੀਟ ਦੇ ਵਿੱਚ, ਤੇ ਫਾਈਨਲ ਦੇ ਵਿੱਚ ਬ੍ਰੇਕ ਕੀਤਾ. ਤਾਰੀਆਂ ਤਾਂ ਬਣਦੀਆਂ. ਇਹ ਆਂਦਾ ਸੈਲਫ ਬਿਲੀਵ ਦਾ ਐਗਜ਼ਾਮਪਲ.